ਗੁਰੂ ਸਾਹਿਬ ਜੀਉ ਜਾ ਕੀ ਲੀਲਾ ਕੀਮਤ ਨਾਹੀ ਸਗਲ ਦੇਵ ਹਾਰੇ ਅਵਗਾਹੀ ਪਿਤਾ ਕਾ ਜਨਮ ਕੈ ਜਾਣੈ ਪੂਤ ਸਗਲ ਪਰੋਈ ਆਪਣੈ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ ਤਹ ਗੁਣ ਮੈਂ ਜਾ ਕਉ ਪਰਮਾਈ ਜਨਮ ਮਰੈ ਫਿਰ ਆਵੈ ਜਾਈ ਊਚ ਨੀਚ ਤਿਸ ਕੀ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ, ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਇਹ 16ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ। ਅੱਜ ਗੁਰਮੁਖੋ ਇਸ ਪਾਵਨ ਪਦੇ ਨੂੰ ਆਪਾਂ ਵਿਚਾਰਨਾ ਹੈ। ਊਚ ਨੀਚ ਤਿਸ ਕੀ ਅਸਥਾਨ, ਭਾਵੇਂ ਕੋਈ ਥਾਂ ਅੱਤ ਦਾ ਉੱਚਾ ਹੈ। ਉੱਚੇ ਸਥਾਨ ਦਾ ਅਰਥ ਹੈ ਉਹ ਸਥਾਨ ਜਿਸ ਥਾਂ ਉੱਤੇ ਪ੍ਰਭੂ ਦੀ ਭਗਤੀ ਹੋ ਰਹੀ ਹੈ, ਵਾਹਿਗੁਰੂ ਦਾ ਸਿਮਰਨ ਹੋ ਰਿਹਾ ਹੈ, ਉਹ ਥਾਂ ਉੱਚੀ ਹੈ, ਪਵਿੱਤਰ ਹੈ। ਅਤੇ ਨੀਚ ਦਾ ਅਰਥ ਹੈ ਜਿੱਥੇ ਪਾਪ ਹੋ ਰਹੇ ਨੇ, ਪਖੰਡ ਹੋ ਰਹੇ ਨੇ, ਜ਼ੁਲਮ ਹੋ ਰਿਹਾ ਹੈ, ਝੂਠ ਬੋਲਿਆ ਜਾ ਰਿਹਾ, ਉਹ ਥਾਂ ਨੀਵੀਂ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਵਾਹਿਗੁਰੂ ਭਾਵੇਂ ਕੋਈ ਥਾਂ ਉੱਚੀ ਹੈ ਅਤੇ ਭਾਵੇਂ ਕੋਈ ਨੀਵੀਂ ਹੈ, ਚੰਗੀ ਹੈ ਜਾਂ ਬੁਰੀ ਹੈ, ਸਾਰੇ ਉਸ ਪਰਮਾਤਮਾ ਦੇ ਟਿਕਾਣੇ ਹੈ। ਅਸਥਾਨ ਦਾ ਅਰਥ ਹੁੰਦਾ ਟਿਕਾਣਾ। ਭਾਵੇਂ ਕਿਸੇ ਚੰਗੇ ਮਨੁੱਖ ਦਾ ਹਿਰਦਾ ਹੈ ਅਤੇ ਭਾਵੇਂ ਕਿਸੇ ਬੁਰੇ ਮਨੁੱਖ ਦਾ ਹਿਰਦਾ ਹੈ, ਪਰ ਦੋਨਾਂ ਥਾਵਾਂ ਉੱਤੇ ਪਰਮਾਤਮਾ 'ਤੇ ਬੈਠਾ ਹੈ। ਉੱਥੇ ਸੰਤਾਂ ਦੇ ਵਿੱਚ ਵੀ ਓਨਾ ਹੀ ਹੈ, ਉਹ ਪਾਪੀਆਂ ਦੇ ਵਿੱਚ ਵੀ ਓਨਾ ਹੀ ਹੈ। ਫਰਕ ਇੰਨਾ ਹੈ ਕਿ ਇੱਕ ਥਾਂ ਦੇ ਉੱਤੇ ਪ੍ਰਗਟ ਹੋਇਆ, ਦੂਸਰੇ ਥਾਂ ਦੇ ਉੱਤੇ ਅਜੇ ਗੁਪਤ ਹੈ।
ਇੰਨਾ ਫਰਕ ਹੁੰਦਾ ਗੁਰ। ਜਿਸ ਧਰਤੀ ਦੇ ਉੱਤੇ ਅਸੀਂ ਬੈਠੇ ਹਾਂ ਨਾ, ਚੇਤਾ ਰੱਖੋ ਜੇ ਇਸ ਧਰਤੀ ਦੇ ਥੱਲੇ ਵੀ ਪਾਣੀ ਹੈ। ਜਿਸ ਬਿੱਡ ਦੇ ਉੱਤੇ ਅਸੀਂ, ਲੱਕੜ ਦੇ ਬਿੱਡ ਦੇ ਉੱਤੇ ਸੌਂਦੇ ਹਾਂ ਨਾ, ਜਿਹੜੇ ਲੱਕੜ ਦੇ ਦਰਵਾਜ਼ੇ ਸਾਡੇ ਘਰ ਨੂੰ ਲੱਗੇ ਨੇ, ਉਹ ਬੈੱਡ ਅਤੇ ਉਹਨਾਂ ਖਿੜਕੀਆਂ ਦਰਵਾਜ਼ਿਆਂ ਦੇ ਵਿੱਚ ਵੀ ਅੱਗ ਵਸੀ ਹੋਈ ਹੈ। ਗੁਰੂ ਬਾਬੇ ਨੇ ਬਾਣੀ 'ਚ ਕਿਹਾ, ਸਗਲ ਬਨਸਪਤ ਮੇ ਬੈਸੰਤਰ। ਬੈਸੰਤਰ ਕਹਿੰਦੇ ਨੇ ਅੱਗ ਨੂੰ। ਹਰ ਇੱਕ ਬਨਸਪਤੀ ਦੇ ਅੰਦਰ ਅੱਗ ਸਮਾਈ ਹੋਈ ਹੈ। ਸਗਲ ਦੁੱਧ ਮੈਂ ਘੀਆ, ਸਾਰੇ ਦੁੱਧ ਦੇ ਵਿੱਚ ਜਿਹੜਾ ਹੈ ਉਹ ਘਿਓ ਸਮਾਇਆ ਹੋਇਆ। ਊਚ ਨੀਚ ਮੈਂ ਜੋਤ ਸਮਾਣੀ, ਊਚ ਨੀਚ ਤਾਂ ਕੇ ਸਥਾਨ, ਊਚ ਨੀਚ ਮੈਂ ਜੋਤ ਸਮਾਣੀ, ਉੱਚੇ ਵਿੱਚ ਵੀ ਅਤੇ ਨੀਚ ਦੇ ਵਿੱਚ ਵੀ ਤੇਰੀ ਜੋਤ ਤਾਂ ਪਰਮਾਤਮਾ ਸਾਰਿਆਂ ਅੰਦਰ ਹੀ ਸਮਾਈ ਹੈ। ਘੱਟ ਘੱਟ ਮਾਧੋ ਜੀਆ, ਘੱਟ ਘੱਟ ਕੀ ਹੁੰਦਾ, ਹਰ ਹਿਰਦਾ, ਹਰ ਹਿਰਦੇ ਦੇ ਵਿੱਚ ਪਰਮਾਤਮਾ ਤੇਰੀ ਹੀ ਬਖਸ਼ੀ ਜਿੰਦੜੀ ਹੈ। ਜੇ ਗੁਰਮੁਖੋ ਪਾਪੀਆਂ ਦੇ ਵਿੱਚ ਵੀ ਉਹ ਵਾਹਿਗੁਰੂ ਬੈਠਾ ਹੈ, ਫਿਰ ਉਹ ਥਾਂ ਬੁਰੀ ਕਿਉਂ ਹੈ? ਨੁਕਤਾ ਬੜੇ ਧਿਆਨ ਨਾਲ ਸਮਝੋ, ਫਿਰ ਆਪਾਂ ਇਹਦੇ ਅੱਖਰੀ ਅਰਥਾਂ ਵੱਲ ਆਵਾਂਗੇ। ਅਤੇ ਅਸਲ ਦੇ ਵਿੱਚ ਕੋਈ ਵੀ ਚੀਜ਼ ਹੈ, ਜਦ ਤੱਕ ਉਹਦੀ ਥੱਲੜੀ ਤਾਕਤ ਪ੍ਰਗਟ ਨਹੀਂ ਹੋਵੇਗੀ, ਅਸਲ ਵਿੱਚ ਸਾਨੂੰ ਉਹਦੀ ਸਮਝ ਨਹੀਂ ਪਏਗੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਗੁਰੂ ਕੋਲੋਂ ਮਿਲਦਾ, ਪਰ ਨਾਲ ਇਹ ਵੀ ਬਚਨ ਕਰਦੇ ਨੇ, ਕਹਿਣ ਲੱਗੇ ਇਹ ਸਿੱਖਾਂ ਭਾਈ ਗੱਲ ਚੇਤਾ ਰੱਖੀ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਉਹ ਅੰਮ੍ਰਿਤ ਦਾ ਕੁੰਟ ਹੈ ਜਿਹੜਾ, ਉਹ ਸਾਰਿਆਂ ਦੇ ਅੰਦਰ ਹੈ, ਕਿਸੇ ਇੱਕ ਦੇ ਅੰਦਰ ਨਹੀਂ ਹੈ। ਗੁਰਮੁਖ ਜਿਹੜੇ ਸਿਆਣੇ ਸੱਜਣ ਨੇ ਨਾ, ਉਹ ਇਹ ਗੱਲ ਦੱਸਦੇ ਨੇ ਵੀ ਜਿੰਨੇ ਵੀ ਇਹ ਸਰੀਰ ਪਰਮਾਤਮਾ ਨੇ ਬਣਾਏ ਨੇ ਨਾ, ਇਹਨੂੰ ਥੋੜ੍ਹਾ ਹੋਰ ਤਰੀਕੇ ਨਾਲ ਸਮਝ ਲਈਏ। ਹਰ ਇੱਕ ਦੇ ਅੰਦਰ ਹੀ ਗੁਰੂ ਗੋਬਿੰਦ ਸਿੰਘ ਬੈਠਾ ਹੈ ਅਤੇ ਹਰ ਇੱਕ ਦੇ ਅੰਦਰ ਹੀ ਔਰੰਗਜ਼ੇਬ ਬੈਠਾ ਹੈ। ਹਰ ਇੱਕ ਅੰਦਰ ਹੀ ਸੰਤ ਬੈਠਾ ਹੈ ਅਤੇ ਹਰ ਇੱਕ ਸਰੀਰ ਦੇ ਅੰਦਰ ਹੀ ਸ਼ੈਤਾਨ ਬੈਠਾ ਹੈ। ਹਰ ਇੱਕ ਦੇ ਅੰਦਰ ਹੀ ਭਾਈ ਮਲਕ ਭਾਗੋ ਬੈਠਾ ਹੈ ਅਤੇ ਹਰ ਇੱਕ ਦੇ ਅੰਦਰ ਭਾਈ ਲਾਲੋ ਬੈਠਾ ਹੈ। ਹਰ ਇੱਕ ਦੇ ਅੰਦਰ ਹੀ ਕ੍ਰਿਸ਼ਨ ਦਾ ਵਾਸ ਹੈ ਅਤੇ ਹਰ ਇੱਕ ਦੇ ਅੰਦਰ ਹੀ ਕੰਸ ਬੈਠਾ ਹੈ। ਸੰਸਾਰ ਬਿਰਖ ਕੋ ਦੋਏ ਫਲ ਲਾਗੇ, ਦੁਨੀਆਂ ਦੇ ਦਰਖਤਾਂ ਦੇ ਉੱਤੇ ਇੱਕ ਦਰਖਤ ਨੂੰ ਇੱਕੋ ਹੀ ਫਲ ਲੱਗਦਾ। ਸੰਸਾਰ ਰੂਪੀ ਦਰਖਤ ਐਸਾ ਜਿਹਨੂੰ ਦੋ ਤਰ੍ਹਾਂ ਦੇ ਫਲ ਲੱਗੇ ਨੇ, ਬਿਖ ਅੰਮ੍ਰਿਤ ਬਸੈ, ਬਿਖ ਅੰਮ੍ਰਿਤ ਬਸੈ ਇੱਕ,
ਸੰਗਾ ਜ਼ਹਿਰ ਅਤੇ ਅੰਮ੍ਰਿਤ ਇੱਕੋ ਥਾਂ ਵਸਦੇ ਹੈ। ਹੁਣ ਗੱਲ ਇਹ ਨਹੀਂ ਹੈ ਵੀ ਸਾਡੇ ਅੰਦਰ ਕੀ ਹੈ ਅਤੇ ਕੀ ਨਹੀਂ ਹੈ, ਇਹ ਗੱਲ ਗੁਰੂ ਨੇ ਕਹਿ ਦਿੱਤਾ ਤੇਰੇ ਅੰਦਰ ਸ਼ੈਤਾਨ ਵੀ ਬੈਠਾ ਹੈ, ਤੇਰੇ ਅੰਦਰ ਸੰਤ ਵੀ ਬੈਠਾ ਹੈ, ਦੋਨੇ ਚੀਜ਼ਾਂ ਤੇਰੇ ਅੰਦਰ ਬੈਠੀਆਂ ਨੇ। ਤੇਰੇ ਅੰਦਰ ਜ਼ਹਿਰ ਵੀ ਹੈ, ਤੇਰੇ ਅੰਦਰ ਅੰਮ੍ਰਿਤ ਵੀ ਹੈ, ਬਿਖ ਅੰਮ੍ਰਿਤ ਵਸੈ ਇੱਕ ਸੰਗਾ। ਫਿਰ ਸੰਤ ਕੌਣ ਬਣਦਾ ਅਤੇ ਸ਼ੈਤਾਨ ਕੌਣ ਬਣਦਾ? ਜੋ ਜੈਸੀ ਸੰਗਤ ਕਰੇ, ਜਿੱਦਾਂ ਦੀ ਕੋਈ ਸੰਗਤ ਕਰਦਾ, ਜੇ ਸੰਗਤ ਗੁਰੂ ਨਾਨਕ ਸਾਹਿਬ ਦੀ ਕਰ ਲਈ ਤਾਂ ਅੰਦਰੋਂ ਅੰਮ੍ਰਿਤ ਨੇ ਬਾਹਰ ਨਿਕਲ ਆਉਣਾ ਹੈ। ਜੇ ਕਿਤੇ ਸੰਗਤ ਕਿਸੇ ਬੁਰੇ ਦੀ ਕਰ ਲਈ, ਠੱਗ ਦੀ ਕਰ ਲਈ, ਬੇਈਮਾਨ ਦੀ ਕਰ ਲਈ ਤਾਂ ਅੰਦਰੋਂ ਜ਼ਹਿਰ ਪ੍ਰਗਟ ਹੋ ਜਾਣਾ, ਬਾਹਰ ਨਿਕਲ ਆਉਣਾ। ਬਸ ਗੱਲ ਇੰਨੀ ਕੁ ਹੈ। ਅਸੀਂ ਆਪਣੇ ਅੰਦਰੋਂ ਕੱਢਣਾ ਕੀ ਚਾਹੁੰਦੇ ਹਾਂ, ਪ੍ਰਗਟ ਕੀ ਕਰਨਾ ਚਾਹੁੰਦੇ ਹਾਂ? ਕਿਉਂ ਸਤਿਗੁਰੂ ਪਾਤਸ਼ਾਹ ਸਾਨੂੰ ਵਾਰ ਵਾਰ ਕਹਿੰਦੇ ਨੇ ਭਾਈ ਸੱਤ ਦੀ ਸੰਗਤ ਕਰਿਆ ਕਰ, ਸੱਤ ਦੀ ਸੰਗਤ ਕਿਉਂ ਕਰਨੀ ਹੈ? ਜਿਹੜੇ ਤੇਰੇ ਅੰਦਰ ਚੰਗੇ ਗੁਣ ਨੇ ਨਾ, ਜਿਹੜੇ ਤੇਰੇ ਅੰਦਰ ਅੰਮ੍ਰਿਤ ਦਾ ਖਜ਼ਾਨਾ ਹੈ, ਤੇਰੇ ਅੰਦਰ ਸੱਤ ਹੈ, ਸੰਤੋਖ ਹੈ। ਦੇਖੋ ਨਾ, ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਿਤੇ ਬਾਹਰ ਥੋੜ੍ਹਾ, ਕਿਤੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਗੁਰਮੁਖੋ ਕਿਤੇ ਬਾਹਰੋਂ ਥੋੜ੍ਹਾ ਆਉਂਦਾ, ਅੰਦਰ ਹੀ ਹੈ ਸਾਡੇ, ਔਰ ਪਰਮਾਤਮਾ ਨੇ ਰੱਖਿਆ ਹੋਇਆ। ਉਹ ਕਿਤੋਂ ਆਇਆ ਨਹੀਂ ਹੈ, ਉਹ ਵਾਹਿਗੁਰੂ ਨੇ ਰੱਖਿਆ ਹੋਇਆ ਸਾਡੇ ਅੰਦਰ। ਔਰ ਇਸੇ ਹੀ ਸਰੀਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਸਰੀਰ ਹੈ, ਇਹ ਸਰੀਰ ਦੇ ਅੰਦਰ ਪਰਮਾਤਮਾ ਦਾ ਵੀ ਵਸ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਦੇਹੀ ਮੈਂ ਹੈ ਨਾ, ਸਰੀਰ ਦੇ ਵਿੱਚ ਹੀ ਹੈ ਨਾ ਵਿਸ਼ਰਾਮ ਟਿਕਾਣਾ। ਪ੍ਰਭੂ ਦੇ ਨਾਮ ਦਾ ਟਿਕਾਣਾ ਵੀ ਦੇਹੀ ਅੰਦਰ ਹੀ ਹੈ, ਵਿਸ਼ਰਾਮ ਇੱਥੇ ਹੀ ਹੈ, ਇਸੇ ਸਰੀਰ ਅੰਦਰ ਪੰਜ ਚੋਰ ਵੱਸਦੇ ਹੈ। ਹੁਣ ਗੱਲ ਇਹ ਹੈ ਵੀ ਅਸੀਂ ਪ੍ਰਗਟ ਕੀ ਕਰਨਾ ਚਾਹੁੰਦੇ ਹਾਂ, ਬਾਹਰ ਕੀ ਕੱਢਣਾ ਚਾਹੁੰਦੇ ਹਾਂ? ਬਸ ਗੁਰਮੁਖੋ, ਇਹਦੇ ਵਿੱਚੋਂ ਮਲਕ ਭਾਗੋ ਬਾਹਰ ਕੱਢਣਾ ਹੈ ਜਾਂ ਭਾਈ ਲਾਲੋ ਬਾਹਰ ਕੱਢਣਾ ਹੈ? ਜੇ ਸੰਗਤ ਸੱਚ ਦੀ ਕਰਾਂਗੇ ਤਾਂ ਇਹਦੇ ਵਿੱਚੋਂ ਅੰਮ੍ਰਿਤ ਨੇ ਪ੍ਰਗਟ ਹੋ ਜਾਣਾ, ਸ਼ੁਭ ਗੁਣਾਂ ਨੇ ਪ੍ਰਗਟ ਹੋ ਜਾਣਾ। ਜੇ ਇਸ ਦੀ ਸੰਗਤ ਬੁਰੇ ਦੀ ਹੋ ਗਈ ਤਾਂ ਵਿੱਚੋਂ ਜ਼ਹਿਰ ਨੇ, ਕ੍ਰੋਧ ਨੇ, ਹੰਕਾਰ ਨੇ ਪ੍ਰਗਟ ਹੋ ਜਾਣਾ। ਬਸ ਇੰਨੀ ਗੱਲ ਹੈ। ਇਹ ਹੁਣ ਮਨੁੱਖ ਨੇ ਸੋਚਣਾ, ਇਹ ਅਸੀਂ ਸੋਚਣਾ ਵੀ ਅਸੀਂ ਆਪਣੇ ਅੰਦਰੋਂ ਬਾਹਰ ਕੀ ਕੱਢਣਾ ਚਾਹੁੰਦੇ ਹਾਂ, ਅੰਦਰ ਦਾ ਸ਼ੈਤਾਨ ਬਾਹਰ ਕੱਢਣਾ ਜਾਂ ਅੰਦਰ ਦਾ ਸੰਤ ਬਾਹਰ ਕੱਢਣਾ? ਇਹ ਸਾਡੇ ਉੱਪਰ ਛੱਡ ਦਿੱਤਾ ਗੁਰੂ ਨੇ ਨਾ। ਜਿਵੇਂ ਇੱਦਾਂ ਆਪਾਂ ਸਮਝਾ ਦਿੰਦੇ ਨਾ ਵੀ ਆਹ ਚੀਜ਼ ਭਾਈ ਇੱਕ ਆਹ ਹੈ, ਇੱਕ ਆਹ ਹੈ, ਇਹਦੇ ਨੁਕਸਾਨ ਇਹਦੇ ਫਾਇਦੇ ਨੇ, ਇਹਦੇ ਨੁਕਸਾਨ ਇਹਦੇ ਫਾਇਦੇ ਇਹ ਨੇ, ਦਸ ਦੋਨਾਂ ਵਿੱਚੋਂ ਤੂੰ ਕਿਹੜੀ ਲੈਣੀ ਹੈ? ਕਈ ਵਾਰ ਇੱਦਾਂ ਦੁਕਾਨ 'ਤੇ ਜਾਂਦੇ ਆਪਾਂ, ਇੱਦਾਂ ਹੀ ਹੁੰਦਾ ਨਾ, ਕੋਈ ਵਸਤੂ ਖਰੀਦਣ ਲੱਗੀ ਹੈ, ਦੁਕਾਨਦਾਰ ਸਾਨੂੰ ਕਹਿ ਦਿੰਦਾ ਵੀ ਇਹਦੇ ਇਹ ਫਾਇਦੇ ਨੇ, ਇਹਦੇ ਇਹ ਫਾਇਦੇ ਨੇ, ਦਸ ਤੂੰ ਦੋਨਾਂ ਵਿੱਚੋਂ ਕਿਹੜੀ ਲੈਣੀ ਹੈ?
ਗੁਰੂ ਨੇ ਸਾਨੂੰ ਸਮਝਾ ਦਿੱਤੀ ਇਹ ਗੱਲ ਵੀ ਅੰਮ੍ਰਿਤ ਪ੍ਰਭੂ ਦੇ ਨਾਮ ਦਾ ਖਜ਼ਾਨਾ ਵੀ ਤੇਰੇ ਅੰਦਰ ਹੈ ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਤੇਰੇ ਅੰਦਰ ਹੈ। ਦੱਸ ਭਾਈ ਦੋਨਾਂ ਵਿੱਚੋਂ ਤੂੰ ਕੀ ਲੈਣਾ ਹੈ। ਜਿਹੜਾ ਗੁਰੂ ਕੋਲ ਬੈਠਣ ਵਾਲਾ ਹੋਵੇਗਾ ਨਾ, ਗੁਰੂ ਕੋਲ ਗੁਰਮੁਖੋਂ ਬੈਠਣ ਵਾਲਾ ਨਾਮ ਦੇ ਖਜ਼ਾਨੇ ਨੂੰ ਚੁਣੇਗਾ। ਗੁਰੂ ਜੀ ਕੀ ਕਰਦੇ ਹੈ, ਗੁਰੂ ਸਾਨੂੰ ਇਹੀ ਤੇ ਚੁਣਾਵ ਸਿਲੈਕਸ਼ਨ ਕਰਨਾ ਸਿਖਾਉਂਦੇ ਹੈ। ਗੁਰੂ ਦਾ ਕਰਮ ਕੀ ਹੈ, ਗੁਰੂ ਦਾ ਇਹੀ ਕੰਮ ਹੈ ਤੂੰ ਚੰਗੇ ਦੀ ਚੋਣ ਕਰ ਸਕੇ। ਇਹ ਉਹਨੂੰ ਸਮਝ ਪੈਂਦੀ ਹੈ ਚੰਗਾ ਕੀ ਹੈ ਮਾੜਾ ਕੀ ਹੈ, ਜਿਹਨੇ ਜਿਹੜਾ ਗੁਰੂ ਦੇ ਕੋਲ ਬੈਠਾ। ਗੁਰੂ ਕੋਲ ਬੈਠੇ ਨਾਮ ਦੀ ਚੋਣ ਕਰ ਲੈਂਦੇ ਨੇ, ਗੁਰੂ ਕੋਲ ਬੈਠਣ ਵਾਲਾ ਸਿਮਰਨ ਦੀ ਚੋਣ ਕਰ ਲੈਂਦਾ ਅਤੇ ਉਹਦੇ ਵਿੱਚੋਂ ਫਿਰ ਬ੍ਰਹਮ ਗਿਆਨੀ ਸੰਤ ਪ੍ਰਗਟ ਹੋ ਜਾਂਦਾ ਹੈ। ਤੋ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਊਚ ਨੀਚ ਤਿਸਕੇ ਅਸਥਾਨ, ਚੰਗੇ ਅਤੇ ਮਾੜੇ ਹਰ ਇੱਕ ਟਿਕਾਣਾ ਉਸ ਪਰਮਾਤਮਾ ਦਾ ਹੀ ਹੈ। ਐਸਾ ਕੋਈ ਨਹੀਂ ਹੈ ਜਿੱਥੇ ਉਹ ਪਰਮਾਤਮਾ ਨਾ ਬੈਠਾ ਹੋਵੇ। ਜੈਸਾ ਜਨਾਵੈ ਤੈਸਾ ਨਾਨਕ ਜਾਣ, ਜਿਹੋ ਜੀ ਸੋਝੀ ਉਹ ਸਾਨੂੰ ਬਖਸ਼ਦਾ ਹੈ ਉਹੋ ਜੀ ਅਸੀਂ ਪ੍ਰਾਪਤ ਕਰ ਲੈਂਦੇ ਹਾਂ। ਤੋ ਇਹ ਗੁਰਮੁਖੋ ਜਿਹੜਾ ਹੈ ਇਹ ਪੌੜੀ ਦਾ ਕੇਂਦਰੀ ਭਾਵ ਹੈ। ਆਓ ਆਪਾਂ ਆਰੰਭ ਤਸ਼ ਕਰਦੇ ਹਾਂ। ਆਰੰਭਤਾ ਹੁੰਦੀ ਹੈ ਜਾ ਕੀ ਲੀਲਾ ਕੀ ਮਿੱਤ ਨਾਹੇ, ਜਾ ਕੀ ਲੀਲਾ ਕੀ ਮਿੱਤ ਨਾਹੇ। ਮਿੱਤ ਦਾ ਅਰਥ ਮਿਣਤੀ ਕੀਤਾ ਬਹੁਤ ਵਿਦਵਾਨਾਂ ਨੇ, ਗਿਣਤੀ ਮਿਣਤੀ ਅੰਦਾਜ਼ਾ। ਜਿਹੜੀ ਉਸ ਪਰਮਾਤਮਾ ਦੀ ਖੇਡ ਹੈ ਨਾ, ਜਿਹੜੀ ਇਹ ਖੇਡ ਇਹ ਲੀਲਾ ਜਗਤ ਦੀ ਲੀਲਾ ਉਸ ਵਾਹਿਗੁਰੂ ਪਰਮੇਸ਼ਰ ਨੇ ਰਚੀ ਹੈ। ਪਾਤਸ਼ਾਹ ਕਹਿੰਦੇ ਇਹਦੀ ਕੋਈ ਗਿਣਤੀ ਮਿਣਤੀ ਇਹਦਾ ਕੋਈ ਅੰਦਾਜ਼ਾ ਨਹੀਂ ਹੈ। ਇਹ ਕਿੰਨੀ ਗਹਿਰ ਹੈ, ਗੰਭੀਰ ਹੈ, ਕਿੰਨੀ ਵੱਡੀ ਹੈ, ਕਿੰਨੀ ਉੱਚੀ ਹੈ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਇਸ ਪਰਮਾਤਮਾ ਦੀ ਖੇਡ ਦਾ ਕੋਈ ਅੰਦਾਜ਼ਾ ਨਹੀਂ ਹੈ। ਹੁੰਦੀ ਹੈ ਨਾ ਗੁਰਮੁਖੋ ਜਿਹੜੀ ਸੰਸਾਰ ਦੀ ਖੇਡ ਹੈ, ਆਪਾਂ ਕਹਿੰਦੇ ਇੰਨੇ ਮਿੰਟਾਂ ਦਾ ਮੈਚ ਹੈ, ਕਹਿੰਦੇ ਨਾ ਆਪਾਂ ਫੁੱਟਬਾਲ ਦਾ ਮੈਚ 90 ਮਿੰਟਾਂ ਦਾ ਹੈ, ਕ੍ਰਿਕਟ ਦਾ ਮੈਚ ਆ ਇੰਨੇ ਓਵਰਾਂ ਦਾ। ਇੱਕ ਲਿਮਿਟ ਹੁੰਦੀ ਹੈ ਨਾ ਕਿਸੇ ਖੇਡ ਦੀ ਵੀ ਇੰਨਾ ਸਮਾਂ ਇਹ ਖੇਡ ਖੇਡੀ ਜਾਣੀ ਹੈ। ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਜਿਹੜੀ ਇਹ ਜਗਤ ਦੀ ਲੀਲਾ ਇਹ ਜਗਤ ਦੀ ਖੇਡ ਪਰਮਾਤਮਾ ਨੇ ਰਚੀ ਹੈ ਇਹਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਜਿਹੜੀ ਖੇਡ ਰੱਬ ਜੀ ਖੇਡ ਰਹੇ ਨੇ ਇਹ ਕਦੋਂ ਖਤਮ ਹੋਣੀ ਹੈ ਉਹ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ। ਮਿੱਤ ਨਾਹੇ ਇਹਦੀ ਗਿਣਤੀ ਮਿਣਤੀ ਸਾਨੂੰ ਨਹੀਂ ਹੈ। ਸਗਲ ਦੇਵ ਹਾਰੇ ਅਵਗਾਹੇ, ਭੱਜ ਭੱਜ ਕੇ ਦੌੜ ਦੌੜ ਕੇ ਇਸ ਗੱਲ ਨੂੰ ਸਮਝਣ ਦੇ ਲਈ ਵੀ ਇਹ ਪਰਮਾਤਮਾ ਦੀ ਲੀਲਾ ਕਦੋਂ ਖਤਮ ਹੋਏਗੀ। ਆ ਕਈ ਨਾ ਕਈ ਕਈ ਵਾਰ ਸਾਡੇ ਪੰਡਿਤ ਲੋਕ ਨੇ ਜਿਹੜੇ ਜਾਂ ਆਮ ਤੌਰ 'ਤੇ ਧਰਮੀ ਲੋਕਾਂ ਵਿੱਚ ਸੁਣ ਲਈਦਾ, ਕਹਿੰਦੇ ਜੀ ਇੰਨੀ ਉਮਰ ਕਲਯੁੱਗ ਦੀ ਹੈ, ਇੰਨੀ ਉਮਰ ਤ੍ਰੇਤੇ ਦੀ ਹੈ, ਇੰਨੀ ਉਮਰ ਸਤਯੁੱਗ ਦੀ ਸੀ। ਕਈ ਤਾਂ ਇੱਦਾਂ ਵੀ ਕਹਿ ਦਿੰਦੇ ਨੇ, ਮੈਂ ਦੇਖੇ ਨੇ, ਉਹ ਕਹਿੰਦੇ ਨੇ ਜੀ ਕਲਯੁੱਗ ਦੀ ਉਮਰ ਇੰਨੇ ਸਾਲ ਹੈ ਅਤੇ ਇੰਨਾ ਕਲਯੁੱਗ ਲੰਘ ਗਿਆ ਅਤੇ ਇੰਨਾ ਕਲਯੁੱਗ ਬਾਕੀ ਬਚਿਆ। ਇਹਦਾ ਭਾਵ ਕਿ ਤੁਸੀਂ ਗਿਣਤੀ ਮਿਣਤੀ ਕਰ ਲਈ ਹੈ ਨਾ, ਫਿਰ
ਇਹਦਾ ਭਾਵ ਕੀ ਹੋਇਆ ਵੀ ਇੰਨੇ ਸਾਲ ਟੁੱਟਲ ਹੈ ਕਲਯੁੱਗ, ਇੰਨਾ ਕੁ ਲੰਘ ਚੁੱਕੇ ਆ ਅਤੇ ਇੰਨਾ ਕੁ ਬਾਕੀ ਬਚ, ਇਹਦਾ ਕੀ ਅਰਥ ਹੀ ਬਣਿਆ ਵੀ ਤੁਸੀਂ ਗਿਣਤੀ ਮਿਣਤੀ ਕਰ ਲਈ ਹੈ। ਪਰ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਨਹੀਂ, ਜਿਹੜੀ ਖੇਡ ਉਸ ਪਰਮਾਤਮਾ ਨੇ ਰਚੀ ਹੈ ਨਾ, ਉਹਦੀ ਗਿਣਤੀ ਮਿਣਤੀ ਮਨੁੱਖ ਕਿਵੇਂ ਕਰ ਸਕਦਾ? ਨਹੀਂ ਕਰ ਸਕਦਾ। ਸਗਲ ਦੇਵ ਹਾਰੇ, ਸਾਰੇ ਦੇਵੀ ਦੇਵਤੇ ਹਾਰ ਗਏ ਨੇ ਇਸ ਗੱਲ ਦੇ ਪਿੱਛੇ। ਪਿਤਾ ਕਾ ਜਨਮ ਕਹਿ ਜਾਣੈ ਪੂਤ, ਪਿਤਾ ਦੇ ਜਨਮ ਨੂੰ ਪੁੱਤਰ ਕਿਵੇਂ ਜਾਣ ਸਕਦਾ? ਇਸੇ ਤਰ੍ਹਾਂ ਦੇ ਨਾਲ ਉਸ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਇਹ ਜੀਵ ਕਿਵੇਂ ਜਾਣ ਸਕਦਾ ਹੈ? ਸਗਲ ਪਰੋਈ ਆਪਣੇ ਸੂਤ, ਇਹ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਨੇ ਆਪਣੇ ਹੁਕਮ ਰੂਪੀ ਸੂਤਰ ਦੇ ਵਿੱਚ ਬੰਨ੍ਹੀ ਹੋਈ ਹੈ। ਜਿਵੇਂ ਗੁਰਮੁਖੋ ਮਾਲਾ ਦੇ ਮਣਕੇ ਹੁੰਦੇ ਆ ਨਾ, ਉਹ ਮਾਲਾ ਦੇ ਮਣਕੇ ਤਾਂ ਬਹੁਤ ਹੁੰਦੇ ਨੇ ਪਰ ਉਹ ਕਿਸੇ ਇੱਕ ਤਾਗੇ ਦੇ ਵਿੱਚ ਪਰੋਏ ਹੁੰਦੇ ਨੇ। ਇਸੇ ਤਰ੍ਹਾਂ ਦੇ ਨਾਲ ਇਹ ਸਾਰੀ ਸ੍ਰਿਸ਼ਟੀ, ਇਹ ਕਾਇਨਾਤ ਉਹ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਹੁਕਮ ਦੇ ਸੂਤਰ ਵਿੱਚ ਬੰਨ੍ਹੀ ਹੋਈ ਹੈ, ਕੋਈ ਉਹ ਤੋਂ ਬਾਹਰ ਨਹੀਂ ਹੋ ਸਕਦਾ। ਸੁਮਤ ਗਿਆਨ ਧਿਆਨ ਜਿਨ ਦੇ, ਜਿਨ੍ਹਾਂ ਨੂੰ ਉਹ ਵਾਹਿਗੁਰੂ ਜੀ ਪਰਮੇਸ਼ਰ ਜੀ ਉੱਚੀ ਮੱਤ ਦਿੰਦੇ ਹਨ। ਗਿਆਨ, ਗਿਆਨ ਦਾ ਅਰਥ ਹੈ ਸੁੱਚੀ ਬੁੱਧੀ। ਗਿਆਨ ਧਿਆਨ, ਧਿਆਨ ਦਾ ਅਰਥ ਹੈ ਪਰਮਾਤਮਾ ਵਿੱਚ ਜੁੜਨ ਵਾਲੀ ਸੁਰਤ, ਜਿਨ੍ਹਾਂ ਨੂੰ ਉਹ ਵਾਹਿਗੁਰੂ ਸੁਮਤ ਚੰਗੀ ਮੱਤ ਦਿੰਦਾ, ਉੱਚਾ ਗਿਆਨ ਦਿੰਦਾ, ਸੁਰਤ ਜੁੜਨ ਵਾਲੀ ਬਿਰਤੀ ਦਿੰਦਾ ਹੈ। ਪਾਤਸ਼ਾਹ ਕਹਿੰਦੇ ਜਨ ਦਾਸ ਨਾਮ ਧਿਆਵੈ ਸੇ, ਉਹੀ ਜਨ ਉਹੀ ਦਾਸ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ। ਜਿਨ੍ਹਾਂ ਦੇ ਕੋਲ ਉਸ ਪਰਮਾਤਮਾ ਦੀ ਬਖਸ਼ੀ ਸੁਮਤ ਹੈ, ਜਿਨ੍ਹਾਂ ਦੇ ਕੋਲ ਉਸ ਵਾਹਿਗੁਰੂ ਦਾ ਬਖਸ਼ਿਆ ਹੋਇਆ ਗਿਆਨ ਹੈ, ਉੱਚੀ ਸਮਝ ਹੈ, ਜਿਨ੍ਹਾਂ ਦੇ ਕੋਲ ਉਸ ਵਾਹਿਗੁਰੂ ਪਰਮੇਸ਼ਰ ਨੇ ਧਿਆਨ ਸੁਰਤ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਉਹੀ ਜਨ ਉਹੀ ਦਾਸ ਉਹੀ ਜੀਵ ਉਸ ਪਰਮਾਤਮਾ ਦੇ ਨਾਮ ਨੂੰ ਧਿਆ ਸਕਦੇ ਨੇ। ਜੇ ਪਰਮਾਤਮਾ ਗਿਆਨ ਸੁਮਤ ਧਿਆਨ ਹੀ ਨਹੀਂ ਦੇਵੇਗਾ, ਗੁਰਮੁਖੋ ਇਸ ਪਰਮਾਤਮਾ ਨੂੰ ਜਪਣ ਦੀ ਸੋਝੀ ਨਹੀਂ ਆਏਗੀ ਮਨੁੱਖ ਦੇ ਕੋਲ, ਇਸ ਪਾਸੇ ਨੂੰ ਤੁਰੇਗਾ ਹੀ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਜੇ ਮੰਗਣਾ ਹੈ ਨਾ ਤਾਂ ਉਹਦੇ ਕੋਲੋਂ ਮੰਗਿਆ ਕਰ ਸੁਮਤ ਗਿਆਨ ਧਿਆਨ। ਬੰਦਾ ਕਹਿੰਦਾ ਜੀ ਨਾਮ ਜਪਣ ਨੂੰ ਮਨ ਤਾਂ ਕਰਦਾ ਪਰ ਜਪਿਆ ਨਹੀਂ ਜਾਂਦਾ, ਕੀ ਭਾਈ ਤੇਰੇ ਕੋਲ ਉਸਦੀ ਬਖਸ਼ੀ ਹੋਈ ਸੁਮਤ ਹੈ? ਉਸਦਾ ਬਖਸ਼ ਕਿਉਂ, ਸੁਮਤ ਤੋਂ ਬਿਨਾਂ ਜਪਣ ਵਾਲੇ ਪਾਸੇ ਨਹੀਂ ਤੁਰਦਾ, ਗਿਆਨ ਤੋਂ ਬਿਨਾਂ ਸਮਝ ਨਹੀਂ ਪੈਂਦੀ ਜਪੀਏ ਕੀ। ਜੇ ਗਿਆਨ ਨਹੀਂ ਹੋਵੇਗਾ ਤਾਂ ਕੀ ਜਪੇ, ਕੀ ਜਪੀਏ, ਸਮਝ ਹੀ ਨਹੀਂ ਪੈਂਦੀ। ਧਿਆਨ ਤੋਂ ਬਿਨਾਂ ਗੁਰਮੁਖੋ ਸੁਰਤ ਇਕਾਗਰ ਨਹੀਂ ਹੁੰਦੀ। ਇਸ ਕਰਕੇ ਪਾਤਸ਼ਾਹ ਕਹਿੰਦੇ ਮੰਗਣਾ ਅਤੇ ਸੁਮਤ ਗਿਆਨ ਧਿਆਨ ਮੰਗ, ਨਾਮ ਜਪੇਗਾ ਉਹੀ ਜਿਹਦੇ ਕੋਲ ਸੁਮਤ ਗਿਆਨ ਧਿਆਨ ਹੁੰਦਾ। ਤਿਹ ਗੁਣ ਮੈਂ ਜਾ ਕਉ ਪਰਮਾਈ, ਨਹੀਂ ਤਾਂ ਪਾਤਸ਼ਾਹ ਕਹਿੰਦੇ
ਜਿਹੜੇ ਸਮਤ ਗਿਆਨ ਧਿਆਨ ਤੋਂ ਹੀਣੇ ਨੇ ਨਾ, ਉਹਨਾਂ ਨੂੰ ਤਾਂ ਵਾਹਿਗੁਰੂ ਆਪਣੇ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਹੀ ਭਰਮਾਉਂਦਾ ਹੈ। ਗੁਰਮੁਖੋ, ਤਿੰਨ ਰੂਪ ਨੇ ਮਾਇਆ ਦੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਰਜੋ ਗੁਣ ਦਾ ਅਰਥ ਹੁੰਦਾ ਰਾਜਸੀ ਗੁਣ। ਵੈਸੇ ਇਹਦੇ ਅਰਥ ਨਾ ਵੱਖ ਵੱਖ ਵਿਦਵਾਨਾਂ ਨੇ ਵੱਖੋ ਵੱਖਰੇ ਤਰੀਕੇ ਨਾਲ ਕੀਤੇ ਹੋਏ ਨੇ। ਜੇ ਸੌਖਾ ਜਿਹਾ ਆਪਾਂ ਸਮਝੀਏ, ਜਿੰਨੀ ਕੁ ਮੈਨੂੰ ਸਮਝ ਪਈ, ਰਜੋ ਗੁਣ ਦਾ ਅਰਥ ਹੁੰਦਾ ਰਾਜਸੀ ਗੁਣ। ਰਾਜਸੀ ਗੁਣ ਦਾ ਕੀ ਅਰਥ ਹੁੰਦਾ? ਬੰਦੇ ਦੀ ਉਹ ਬਿਰਤੀ ਜਿੱਥੇ ਬੰਦਾ ਇਹ ਸਮਝ ਲਏ ਕਿਸੇ ਨੂੰ ਠੱਗਣਾ ਪਵੇ, ਮਾਰਨਾ ਪਵੇ, ਖਤਮ ਕਰਨਾ ਪਵੇ, ਮੈਂ ਆਪਣੇ ਮਕਸਦ ਦੀ ਪੂਰਤੀ ਕਰਨੀ ਹੈ। ਤ੍ਰਿਸ਼ਨਾਲੂ ਜਿਹੜੀ ਬਿਰਤੀ ਹੈ ਨਾ, ਉਸਨੂੰ ਰਾਜਸੀ ਗੁਣ ਕਿਹਾ ਜਾਂਦਾ। ਤਮੋ ਗੁਣ ਦਾ ਅਰਥ ਹੁੰਦਾ ਅੰਧੇਰੇ ਦੀ ਜ਼ਿੰਦਗੀ, ਪਤਾ ਹੀ ਨਹੀਂ ਹੈ, ਪਸ਼ੂਆਂ ਵਾਲੀ ਜ਼ਿੰਦਗੀ। ਪਰਮਾਤਮਾ, ਕਿਉਂਕਿ ਤਮ ਤੋਂ ਬਣਿਆ, ਹਨੇਰੇ ਤੋਂ, ਪਤਾ ਹੀ ਨਹੀਂ ਹੈ, ਪਸ਼ੂਆਂ ਦੇ ਵਾਂਗ ਖਾ ਰਿਹਾ, ਪੀ ਰਿਹਾ, ਸੌ ਰਿਹਾ ਅਤੇ ਜ਼ਿੰਦਗੀ ਹੰਢਾ ਰਿਹਾ। ਇਹੀ ਨਹੀਂ ਪਤਾ ਮੈਂ ਲੈਣ ਕੀ ਆਇਆ ਸੰਸਾਰ 'ਤੇ, ਇਹੀ ਨਹੀਂ ਪਤਾ ਮੈਨੂੰ ਮਨੁੱਖ ਬਣਾਉਣ ਦਾ ਵੀ ਕੋਈ ਪਰਮਾਤਮਾ ਦਾ ਪ੍ਰਯੋਜਨ ਹੋਵੇਗਾ, ਕੋਈ ਮਕਸਦ ਹੋਵੇਗਾ, ਸਮਝ ਹੀ ਕੁਛ ਨਹੀਂ। ਇਹਨੂੰ ਕਹਿੰਦੇ ਨੇ ਇਹ ਤਮੋ ਗੁਣੀ ਹੈ, ਖਾ ਰਿਹਾ ਅਤੇ ਪੀ ਰਿਹਾ, ਦਿਨ ਲਗਾ ਰਿਹਾ ਬਸ ਪਸ਼ੂਆਂ ਦੇ ਵਾਂਗ, ਤਮੋ ਗੁਣੀ ਹੈ। ਤੀਸਰਾ ਹੁੰਦਾ ਹੈ ਸਤੋ ਗੁਣੀ। ਸਤੋ ਗੁਣੀ ਨੂੰ ਇਹ ਤਾਂ ਪਤਾ ਹੈ ਮੈਂ ਇੱਥੇ ਲੈਣ ਕੀ ਆਇਆ, ਪਰ ਉਹ ਵੀ ਕੇਵਲ ਧਰਮ ਦੀਆਂ ਰਵਾਇਤਾਂ ਦੇ ਵਿੱਚ ਅਤੇ ਧਰਮ ਦੇ ਕਰਮ ਕਾਂਡਾਂ ਨੂੰ ਹੀ ਧਰਮ ਸਮਝੀ ਬੈਠਾ, ਕਹਿੰਦੇ ਸਤੋ ਗੁਣੀ ਹੈ, ਇਸ ਤੋਂ ਅੱਗੇ ਉਹ ਵੀ ਨਹੀਂ ਤੁਰਦਾ। ਗੁਰੂ ਪਾਤਸ਼ਾਹ ਨੇ ਕਿਹਾ ਤਾਂ ਬਨਾਸੀ ਰਾਜ ਬਨਾਸੀ, ਤਾਂ ਬਨਾਸੀ ਸਾਤ ਤਪੀ ਬੇਨਾਦਾ, ਤਿੰਨੇ ਨਾਸ਼ਵੰਤ ਹੈ। ਇਹ ਨਹੀਂ ਕਿਹਾ ਵੀ ਜਿਹੜਾ ਸਤੋ ਗੁਣੀ ਹੈ ਉਹਦਾ, ਕਹਿੰਦੇ ਨਹੀਂ ਉਹ ਵੀ ਨਾਸ਼ ਹੋਣ ਵਾਲਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੂੰ ਪਰਮਾਤਮਾ ਨੇ ਸਮਤ ਗਿਆਨ ਧਿਆਨ ਨਹੀਂ ਦਿੱਤਾ, ਉਹ ਮਾਇਆ ਦੇ ਤਿੰਨਾਂ ਗੁਣਾਂ ਦੇ ਵਿਚਕਾਰ ਹੀ ਭਟਕੇ ਰਹਿੰਦੇ ਨੇ। ਕੋਈ ਤ੍ਰਿਸ਼ਨਾ ਦੇ ਵਿੱਚ ਭਟਕ ਰਿਹਾ, ਕੋਈ ਖਾ ਪੀ ਕੇ ਪਸ਼ੂਆਂ ਦੀ ਜ਼ਿੰਦਗੀ ਜੀ ਰਿਹਾ, ਅਤੇ ਪਾਤਸ਼ਾਹ ਕਹਿੰਦੇ ਤੀਜਾ ਉਹ ਹੈ ਜਿਹੜਾ ਕੇਵਲ ਧਰਮ ਦੇ ਕਰਮ ਕਾਂਡਾਂ ਨੂੰ ਹੀ ਸੱਚ ਸਮਝੀ ਬੈਠਾ, ਜ਼ਿੰਦਗੀ ਉਹਦੇ 'ਚ ਗੁਜ਼ਾਰ ਰਿਹਾ। ਸਗਲ ਤਹਿ ਗੁਣ ਮੈਂ ਜਾਕੋ ਪਰਮਾਈ, ਜਨਮ ਮਰੈ ਫਿਰ ਆਵੈ ਜਾਏ, ਜੰਮਦੇ ਨੇ ਅਤੇ ਮਰਦੇ ਨੇ, ਇਸ ਤੋਂ ਅੱਗੇ ਤੁਰਨ ਨੂੰ ਹੀ ਉਹਨਾਂ ਲਈ ਥਾਂ ਹੀ ਕੋਈ ਨਹੀਂ ਹੈ। ਊਚ ਨੀਚ ਤਿਸਕੇ ਅਸਥਾਨ। ਗੁਰਮੁਖੋ, ਜਦੋਂ ਬੁੱਧ ਜੀ ਨੂੰ ਗਿਆਨ ਹੋ ਗਿਆ ਨਾ, ਜੰਗਲ ਤੋਂ ਬਾਹਰ ਨਿਕਲੇ। ਜੇ ਤੁਸੀਂ ਬੁੱਧ ਜੀ ਦਾ ਜੀਵਨ ਪੜ੍ਹੋ ਨਾ, ਅਤੇ ਯਸ਼ੋਦਾ ਘਰ ਵਾਲੀ ਦਾ ਨਾਮ ਸੀ, ਇਤਿਹਾਸਕਾਰ ਕਹਿੰਦੇ ਨੇ ਅੱਧੀ ਰਾਤ ਨੂੰ ਆਪਣੇ ਛੋਟੇ ਜਿਹੇ ਪੁੱਤਰ ਅਤੇ ਘਰ ਵਾਲੀ ਨੂੰ ਇੱਦਾਂ ਛੱਡ ਕੇ ਨਾ ਬੁੱਧ ਜੀ ਜਦੋਂ ਇੱਦਾਂ ਤੁਰੇ ਸਨ, ਅਤੇ ਕਿੰਨੀ ਦੇਰ ਤੱਕ ਪਿੱਛੇ ਨੂੰ ਦੇਖਦੇ ਰਹੇ ਸੀ। ਉਹਨਾਂ ਦਾ ਇੱਕ ਸਾਰਥੀ ਵੀ ਸੀ, ਜੋ ਮਿੱਤਰ ਵੀ ਸੀ ਪੰਮਾ, ਉਹਨੂੰ ਕਿਹਾ ਸੀ ਛੱਡ ਕੇ ਆ ਜੰਗਲ ਦੇ ਵਿੱਚ ਮੈਨੂੰ। ਪੰਮੇ ਨੇ ਬੜਾ ਸਮਝਾਇਆ ਸੀ, ਰਾਜਕੁਮਾਰ
ਮੈਨੂੰ, ਮੈਂ ਤੇਰਾ ਮਿੱਤਰ ਵੀ ਹਾਂ ਪਰ ਤੇਰੇ ਪਿਓ ਨੇ ਮੈਨੂੰ ਤੇਰਾ ਸਾਰਥੀ ਵੀ ਬਣਾਇਆ। ਤੂੰ ਤਾਂ ਜੰਗਲ ਨੂੰ ਜਾ ਰਿਹਾ, ਪੁੱਛਣਾ ਸਵੇਰ ਨੂੰ ਤੇਰੇ ਬਾਪ ਨੇ ਛੱਡ ਕਿੱਥੇ ਆਇਆ, ਤੇਰੀ ਡਿਊਟੀ ਕੀ ਸੀ। ਬੁੱਧ ਨੇ ਆਪਣੇ ਕਹਿਣ ਲੱਗੇ ਇੱਦਾਂ ਕਿਰਪਾਨ ਦੇ ਨਾਲ ਜਿਹੜਾ ਸੀ ਨਾ ਉਹ ਆਪਣੇ ਕੇਸ ਕੱਟ ਕੇ ਅਤੇ ਪੰਮੇ ਨੂੰ ਦੇ ਦਿੱਤੇ ਸਨ ਵੀ ਜਾ ਕੇ ਮੇਰੇ ਬਾਪ ਨੂੰ ਕੇਸ ਦਿਖਾ ਦੀ, ਮੇਰੇ ਤੈਨੂੰ ਕੋਈ ਸਵਾਲ ਨਹੀਂ ਕਰੇਗਾ। ਛੱਡ ਕੇ ਬੁੱਧ ਜੀ ਜੰਗਲ ਨੂੰ ਚਲੇ ਗਏ। ਇੱਦਾਂ ਸਿਧਾਰਥ ਸੀ ਨਾਮ ਪਹਿਲਾਂ, ਜੰਗਲ ਨੂੰ ਚਲੇ ਗਏ। ਔਰ ਜਦੋਂ ਵਾਪਸ ਆਏ ਪੰਮੇ ਨੇ ਜਾ ਕੇ ਕੇਸ ਦਿਖਾ ਦਿੱਤੇ। ਕੇਸ ਦਿਖਾਏ ਅਤੇ ਪਿਤਾ ਨੇ ਕਿਹਾ ਮੇਰਾ ਪੁੱਤ ਮਰ ਗਿਆ। ਪੁਰਾਣੇ ਸਮੇਂ ਸਮਝਿਆ ਜਾਂਦਾ ਸੀ ਇਹ ਗੱਲ ਨੂੰ। ਜਿਸ ਦਿਨ ਗੁਰਮੁਖ ਕਈ ਸਾਲਾਂ ਦੀ ਬੰਦਗੀ ਇਕਾਗਰਤਾ ਸੁਰਤ ਤੋਂ ਬਾਅਦ ਜਦੋਂ ਬੁੱਧ ਨੂੰ ਗਿਆਨ ਹੋਇਆ ਨਾ, ਬੁੱਧ ਜੀ ਨੇ ਦੋ ਕਰਮ ਕੀਤੇ ਸੀ। ਇੱਕ ਤਾਂ ਸਭ ਤੋਂ ਪਹਿਲਾਂ ਆਪਣੇ ਮਹਿਲਾਂ ਵੱਲ ਤੁਰ ਪਏ, ਇਹ ਕਰਮ ਕੀਤਾ। ਨਾਲ ਦੇ ਸਾਥੀਆਂ ਨੇ ਪੁੱਛਿਆ ਸੀ ਕਿੱਥੇ ਜਾ ਰਹੇ ਹੋ, ਕਹਿਣ ਲੱਗੇ ਜਿੱਥੋਂ ਛੱਡ ਕੇ ਅਸੀਂ ਉੱਧਰ ਨੂੰ ਜਾ ਰਹੇ ਹਾਂ, ਮੈਂ ਯਸ਼ੋਦਾ ਦੇ ਕੋਲੇ ਜਾ ਰਿਹਾ, ਆਪਣੇ ਪੁੱਤਰ ਨੂੰ ਮਿਲਾਂਗਾ ਜਾ ਕੇ। ਔਰ ਜਦੋਂ ਮਹਿਲ ਵਿੱਚ ਪਹੁੰਚੇ ਨਾ ਤੇ ਘਰ ਵਾਲੀ ਨੇ ਕਿਹਾ ਸੀ ਜੇ ਇੰਨਾ ਕੁਝ ਜਾ ਕੇ ਤਪ ਕਰਕੇ ਗਿਆਨ ਦੀ ਪ੍ਰਾਪਤੀ ਕਰਕੇ ਵਾਪਸ ਹੀ ਆਉਣਾ ਸੀ ਤੇ ਫਿਰ ਗਏ ਕਿਉਂ ਸੀ, ਗਏ ਕਿਉਂ ਸੀ। ਉਹਨਾਂ ਕਿਹਾ ਨਹੀਂ, ਇਹ ਗੱਲ ਮੈਨੂੰ ਅੱਜ ਸਮਝ ਪਈ ਹੈ ਕਿ ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਘਰ ਛੱਡ ਕੇ ਭੱਜਦੇ ਨਹੀਂ ਹੁੰਦੇ, ਮੈਨੂੰ ਸਮਝ ਹੁਣ ਪਈ ਹੈ। ਨਹੀਂ ਪਹਿਲਾਂ ਸਮਝ ਨਹੀਂ ਸੀ ਪੈਣੀ, ਇਹ ਹੁਣ ਸਮਝ ਪਈ ਹੈ। ਮੈਂ ਤੇਰਾ ਗੁਨਾਹਗਾਰ, ਇਹ ਵੀ ਉਹਨਾਂ ਨੇ ਕਿਹਾ ਮੈਂ ਤੇਰਾ ਗੁਨਾਹਗਾਰ ਹਾਂ। ਇਹ ਇੱਦਾਂ ਕਿਹਾ ਗੁਰਮੁਖ, ਕਹਿਣ ਦਾ ਭਾਵ ਕੀ ਹੈ ਕਿ ਅਕਸਰ ਬੰਦਾ ਜਿਨ੍ਹਾਂ ਚੀਜ਼ਾਂ ਤੋਂ ਭੱਜਦਾ ਹੁੰਦਾ ਕਈ ਵਾਰ ਸੱਚ ਉਸ ਪਾਸੇ ਹੀ ਹੁੰਦਾ ਹੈ ਪਰ ਬੰਦਾ ਜਾਣ ਨੂੰ ਤਿਆਰ ਨਹੀਂ ਹੁੰਦਾ। ਔਰ ਦੂਜਾ ਉਹਨਾਂ ਨੂੰ ਜਿਹੜਾ ਮਿਲਿਆ ਸੀ ਉਹ ਪੰਡਿਤ ਭਰਤਵਾਜ ਮਿਲਿਆ ਸੀ। ਬੁੱਧ ਨੇ ਦੋਵਾਂ ਨਾਲ ਮਿਲਾਪ ਸਭ ਤੋਂ ਪਹਿਲਾਂ ਕੀਤਾ, ਇੱਕ ਘਰ ਵਾਲੀ ਨੂੰ ਜਾ ਕੇ ਮਿਲੇ ਔਰ ਦੂਸਰਾ ਜਾ ਕੇ ਪੰਡਿਤ ਭਰਤਵਾਜ ਨੂੰ ਮਿਲੇ। ਜਦੋਂ ਭਰਤਵਾਜ ਪੰਡਿਤ ਨੂੰ ਜਾ ਕੇ ਮਿਲੇ ਨਾ, ਤੁਰੇ ਆਉਂਦੇ ਨੇ ਇੱਦਾਂ ਅਤੇ ਕਹਿਣ ਲੱਗੇ ਪੰਡਿਤ ਜੀ ਕੁਛ ਹੈ ਤਾਂ ਦਿਓ ਖਾਣ ਨੂੰ। ਪੰਡਿਤ ਦੇ ਘਰ ਵਿੱਚ ਤਾਂ ਸਭ ਕੁਝ ਸੀ ਪਰ ਪੰਡਿਤ ਕਹਿਣ ਲੱਗਾ ਦੇਖੋ ਮੈਂ ਜਾਤ ਦਾ ਪੰਡਿਤ ਹਾਂ, ਮੇਰਾ ਸੁਭਾਅ ਇਹ ਹੈ ਮੈਂ ਕੁਛ ਦਿੰਦਾ ਹਾਂ, ਕੁਛ ਲੈਂਦਾ ਹਾਂ ਅਤੇ ਕੁਛ ਦਿੰਦਾ ਹਾਂ, ਕਿਉਂਕਿ ਮੇਰਾ ਧਰਮ ਹੀ ਇਹ ਹੈ, ਮੇਰੇ 'ਚ ਖੱਟ ਕਰਮ ਇਹ ਨੇ, ਦਾਨ ਲੈਣਾ ਅਤੇ ਦਾਨ ਦੇਣਾ, ਗਿਆਨ ਦੇਣਾ ਅਤੇ ਗਿਆਨ ਲੈਣਾ, ਜਿਹੜੇ ਨੇ ਜਾਗ ਕਰਨੇ ਅਤੇ ਜਾਗ ਕਰਵਾਉਣੇ ਇਹ ਮੇਰੇ ਖੱਟ ਕਰਮ ਨੇ। ਮੈਂ ਤੁਹਾਨੂੰ ਰੋਟੀ ਦਿਆਂਗਾ ਤੁਸੀਂ ਮੈਨੂੰ ਕੀ ਦਿਓਗੇ, ਨੁਕਤਾ ਤੁਹਾਡੇ ਧਿਆਨ ਨਾਲ ਸਮਝੋ। ਬੁੱਧ ਨੇ ਕਿਹਾ ਜੋ ਤੁਹਾਡੇ ਕੋਲ ਹੈ ਤੁਸੀਂ ਦੇ ਦਿਓ, ਜੋ ਮੇਰੇ ਕੋਲ ਹੈ ਤੁਹਾਨੂੰ ਮੈਂ ਦੇ ਦਿੰਦਾ ਹਾਂ। ਉਹਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਵੀ ਸਰੀਰ ਦੇ ਉੱਤੇ ਕੱਪੜਾ ਵੀ ਕੋਈ ਨਹੀਂ, ਇਹਨੇ ਮੈਨੂੰ ਕੀ ਦੇਣਾ। ਕਹਿਣ ਲੱਗਾ ਬੁੱਧ ਮੇਰੇ ਕੋਲੇ ਤੇ ਦੇਣ ਨੂੰ ਘਰ ਵਿੱਚ ਬਹੁਤ ਕੁਛ ਹੈ, ਤੇਰੇ ਕੋਲੇ ਦੇਣ ਨੂੰ ਕੀ ਹੈ, ਤੇਰੇ ਕੋਲੇ ਦੇਣ ਨੂੰ ਕੀ ਹੈ,
ਅਤੇ ਬੁੱਧ ਜੀ ਨੇ ਕਿਹਾ ਸੀ ਜੋ ਮੇਰੇ ਕੋਲ ਹੈ ਉਹ ਬਾਹਰ ਦੀ ਅੱਖ ਨਾਲ ਦੇਖਿਆ ਨਹੀਂ ਜਾ ਸਕੀਦਾ। ਜੋ ਮੇਰੇ ਕੋਲ ਹੈ ਨਾ ਉਹ ਤੂੰ ਬਾਹਰ ਦੀ ਅੱਖ ਨਾਲ ਦੇਖ ਹੀ ਨਹੀਂ ਸਕਦਾ, ਇਸ ਕਰਕੇ ਤੂੰ ਮੈਨੂੰ ਦੇ, ਜੋ ਮੈਂ ਤੈਨੂੰ ਦੇਹਾਂਗਾ ਉਹ ਤੇਰੀ ਸੁਰਤ ਨੂੰ ਸਮਝ ਆਏਗੀ, ਤੇਰੇ ਸਰੀਰ ਨੂੰ ਸਮਝ ਨਹੀਂ ਜੇ ਆਉਣੀ, ਕਿਉਂਕਿ ਸਰੀਰ ਨਾਲ ਅੱਖਾਂ ਨਾਲ ਦੇਖਣ ਵਾਲੀ ਉਹ ਦਾਤ ਹੀ ਨਹੀਂ ਹੈ ਜਿਹੜੀ ਮੇਰੇ ਕੋਲ ਹੈ। ਉਹ ਤੇ ਅਦਭੁਤ ਗਿਆਨ ਸੀ ਗੁਰਮੁਖ, ਔਰ ਜਿਹੜਾ ਉਹ ਗਿਆਨ ਬੁੱਧ ਦੇ ਕੋਲ ਹੈ ਉਹ ਬਾਹਰ ਦੀ ਅੱਖ ਨਾਲ ਤੇ ਦੇਖਿਆ ਨਹੀਂ ਜਾ ਸਕਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਵੀ ਸਾਨੂੰ ਇਹ ਸੋਝੀ ਬਖਸ਼ੀ ਹੈ ਕਿ ਭਾਈ ਸਿੱਖਾਂ ਬਾਹਰ ਦੀ ਅੱਖ ਨਾਲ ਤੂੰ ਸੁੱਖ ਮੰਨਣਾ ਚਾਹੁੰਦਾ, ਜੋ ਚੀਜ਼ਾਂ ਬਾਹਰ ਦੀਆਂ ਅੱਖਾਂ ਨਾਲ ਦੇਖਣਾ ਦੇਖਦੀਆਂ ਨੇ ਉਹਦੇ ਵਿੱਚ ਤੂੰ ਸੁੱਖ ਲੱਭਦਾ, ਪਰ ਚੇਤਾ ਰੱਖੀ ਇਹ ਜੋ ਕੁਛ ਵੀ ਸਾਰਾ ਸੰਸਾਰ ਹੈ, ਜੋ ਕੁਛ ਤੈਨੂੰ ਦਿਖ ਰਿਹਾ, ਦੇਖਣ ਵਾਲੀ ਵਸਤੂ ਵਿੱਚ ਸੁੱਖ ਨਹੀਂ ਹੈ। ਨਾਮ ਹੈ ਗੁਰਮੁਖੋ, ਸਿਮਰਨ ਹੈ, ਦੇਖਣ ਵਾਲੀ ਚੀਜ਼ ਤੇ ਹੈ ਕੋਈ ਨਹੀਂ ਹੈ। ਅੰਦਰ ਜਿਹੜਾ ਪਰਮਾਤਮਾ ਦੇ ਨਾਮ ਦਾ ਰਸ ਹੈ ਉਹ ਦੇਖਣ ਵਾਲੀ ਤੇ ਵਸਤੂ ਹੀ ਨਹੀਂ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਕੀ ਦੱਸੇਗਾ ਗੂੰਗਾ ਕਿੰਨਾ ਕੁ ਸਵਾਦ ਹੈ ਗੁੜ, ਮਾਣ ਹੀ ਸਕਦਾ ਉਹ ਦੇਖ ਨਹੀਂ ਜੇ ਸਕਦਾ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਭਾਈ ਇਹ ਪਰਮਾਤਮਾ ਦੀ ਖੇਡ ਹੈ, ਜਿਸ ਦੇ ਕੋਲ ਸਮੱਤ ਗਿਆਨ ਧਿਆਨ ਹੈ ਉਹ ਟਿਕ ਜਾਂਦੇ ਨੇ। ਪਾਤਸ਼ਾਹ ਕਹਿੰਦੇ ਦੂਜੇ ਤਾਂ ਭਾਈ ਤਿੰਨਾਂ ਮਾਇਆ ਦੇ ਗੁਣਾਂ ਵਿੱਚ ਭਟਕਦੇ ਰਹਿ ਜਾਂਦੇ ਹੈ। ਊਚ ਨੀਚ ਤਿਸ ਕੇ ਅਸਥਾਨ, ਭਾਵੇਂ ਕੋਈ ਪਵਿੱਤਰ ਥਾਂ ਹੈ ਅਤੇ ਭਾਵੇਂ ਕੋਈ ਅਪਵਿੱਤਰ ਥਾਂ ਹੈ, ਦੋਨੇ ਥਾਵਾਂ ਊਚ ਨੀਚ ਤਿਸ ਕੇ ਅਸਥਾਨ, ਉੱਚਿਆਂ ਦੇ ਵਿੱਚ ਵੀ ਨੀਵਿਆਂ ਦੇ ਵਿੱਚ ਵੀ ਸਾਰੇ ਥਾਵਾਂ ਉੱਤੇ ਉਹ ਪਰਮਾਤਮਾ ਦਾ ਟਿਕਾਣਾ ਹੈ, ਉਹਦੇ ਟਿਕਾਣੇ ਸਾਰੀਆਂ ਥਾਵਾਂ 'ਤੇ ਨੇ। ਤੈਸਾ ਜੈਸਾ ਜਣਾਵੈ, ਪਰ ਹਾਂ ਜਿਹੋ ਜਿਹਾ ਪਰਮਾਤਮਾ ਸਾਨੂੰ ਜਣਾਉਂਦਾ ਹੈ, ਗਿਆਨ ਦਿੰਦਾ ਹੈ, ਸਮਝ ਦਿੰਦਾ ਹੈ, ਜਿਹੋ ਜਿਹਾ ਪਰਮਾਤਮਾ ਸਾਨੂੰ ਸਮਝਾਉਂਦਾ ਹੈ, ਤੈਸਾ ਨਾਨਕ ਜਾਣ, ਇਹ ਜੀਵ ਉਹਨਾਂ ਕੁ ਜਾਣ ਲੈਂਦੇ ਨੇ। ਬਸ ਜਿੰਨਾ ਗੁਰਮੁਖੋ ਸਾਨੂੰ ਪਰਮਾਤਮਾ ਦਿੰਦਾ ਹੈ ਅਸੀਂ ਉਹਨਾਂ ਕੁ ਰਸ ਮਾਣ ਸਕਦੇ ਹਾਂ, ਜਿੰਨਾ ਕੁ ਪਰਮਾਤਮਾ ਸਾਨੂੰ ਸੋਝੀ ਦੇ ਰਿਹਾ ਉਹਨੀ ਕੁ ਸੋਝੀ ਅਸੀਂ ਸੰਭਾਲ ਕੇ ਬੈਠੇ ਹੋਏ ਹਾਂ। ਇਸ ਕਰਕੇ ਗੁਰੂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰੂ ਪਾਤਸ਼ਾਹ ਇਸ ਆਪਣੀ ਬਣਾਈ ਹੋਈ ਖੇਡ ਦੇ ਵਿੱਚ ਸਾਨੂੰ ਨਾਮ ਵਾਲੇ ਪਾਸੇ ਰੱਖ, ਸਾਨੂੰ ਸਿਮਰਨ ਵਾਲੇ ਪਾਸੇ ਰੱਖ, ਸਾਨੂੰ ਸੇਵਾ ਅਤੇ ਸਾਨੂੰ ਬੰਦਗੀ ਵਾਲੇ ਪਾਸੇ ਰੱਖ। ਇਹ ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ।